ਜਿਵੇਂ ਮੋਦੀ ਸਰਕਾਰ ਵੱਲੋਂ 5 ਜੂਨ ਬੀਤੇ ਸਾਲ ਨੂੰ ਜੋ ਕਿਸਾਨ ਵਿਰੋਧੀ ਕਾਲੇ ਕਾਨੂੰਨ ਥੋਪੇ ਗਏ ਸੀ ਕਿਸਾਨੀ ਦੇ ਉੱਪਰ ਤੇ ਜੋ ਅੰਦੋਲਨ ਸੀ ਵੱਖੋ ਵੱਖ ਕਿਸਾਨ ਜਥੇਬੰਦੀਆਂ ਵੱਲੋਂ ਉਹ ਨਵੰਬਰ 26 ਨੂੰ ਸ਼ੁਰੂ ਕੀਤਾ ਗਿਆ ਸੀ ਤੇ ਆਉਣ ਵਾਲੀ 26 ਜੂਨ ਨੂੰ ਪੂਰੇ 7 ਮਹੀਨੇ ਦਾ ਅਰਸਾ ਜੋ ਇਸ ਅੰਦੋਲਨ ਦੀ ਜੰਗ ਛਿੜੀ ਨੂੰ ਹੋ ਚੁੱਕਾ ਹੈ ਤੇ ਇਸ ਦੇ ਬਾਵਜੂਦ ਵੀ ਜਿਵੇਂ ਮੋਦੀ ਸਰਕਾਰ ਨੇ ਸੋਚਿਆ ਸੀ ਕਿ ਸ਼ਾਇਦ ਇਸ ਮਾਮਲੇ ਨੂੰ ਲਟਕਾ ਕੇ ਤਾਰ ਪੀਡੋ ਕੀਤਾ ਜਾਏਗਾ ਕਿਸਾਨਾਂ ਦੇ ਹੌਂਸਲੇ ਜੋ ਪਸਤ ਕੀਤੇ ਜਾਣਗੇ ਤੇ ਹੌਲੀ ਹੌਲੀ ਜਦੋਂ ਕਿਸਾਨਾਂ ਦੇ ਹੌਂਸਲੇ ਪਸਤ ਹੋ ਜਾਣਗੇ ਤੇ ਕਿਸਾਨੀ ਅੰਦੋਲਨ ਆਪੇ ਚੁੱਕਿਆ ਜਾਏਗਾ ਪਰ ਹੋਇਆ ਇਸ ਦੇ ਸਭ ਕੁਝ ਉਲਟ ਕਿਸਾਨਾਂ ਦੇ ਹੌਂਸਲੇ ਅੱਜ ਵੀ 7 ਮਹੀਨੇ ਦਾ ਅਰਸਾ ਬੀਤਣ ਦੇ ਬਾਵਜੂਦ ਵੀ ਜਿਉਂ ਦੇ ਤਿਉਂ ਨਜ਼ਰ ਆ ਰਹੇ ਨੇ ਜਿਸ ਦੀਆਂ ਤਾਜ਼ਾ ਮਿਸਾਲਾਂ ਵੱਖੋ ਵੱਖ ਪੰਜਾਬ ਦੇ ਸੂਬਿਆਂ ਤੋਂ ਮਾਫ ਕਰਨਾ ਪੰਜਾਬ ਦੇ ਜ਼ਿਲ੍ਹਿਆਂ ਤੋਂ ਇਲਾਵਾ ਜੋ ਮਾਝੇ ਖੇਤਰ 'ਚ ਗੁਰਦਾਸਪੁਰ ਦੀ ਗੱਲ ਕਰਾਂਗੇ ਜ਼ਿਲ੍ਹਾ ਗੁਰਦਾਸਪੁਰ ਦੀ ਗੁਰਦਾਸਪੁਰ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀਆਂ ਤਸਵੀਰਾਂ ਤੁਸੀਂ ਕੈਮਰੇ ਦੀ ਅੱਖ ਰਾਹੀਂ ਕੈਦ ਹੁੰਦੀਆਂ ਦੂਰ ਤੱਕ ਦੇਖ ਸਕਦੇ ਹੋ ਕਿਵੇਂ ਵੱਡੀ ਗਿਣਤੀ ਦੇ ਵਿੱਚ ਜੋ ਕਿਸਾਨ ਨੇ ਬੀਬੀਆਂ ਦੇ ਜਥੇ ਸਮੇਤ ਤੁਸੀਂ ਤਸਵੀਰਾਂ ਦੇ ਦੁਆਰਾ ਦੇਖ ਸਕਦੇ ਹੋ ਕਿ ਲੰਬੀਆਂ ਕਤਾਰਾਂ ਅਸੀਂ ਮਕੇਰੀਆਂ ਗੁਰਦਾਸਪੁਰ ਮੁੱਖ ਮਾਰਗ 'ਤੇ ਜੋ ਇਹ GT ਰੋਡ ਸਿੱਧਾ ਦਿੱਲੀ ਨੂੰ ਜੋੜਦਾ ਵਾਇਆ ਜਲੰਧਰ ਲੁਧਿਆਣਾ ਇੱਥੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਵੇਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਝੰਡਿਆਂ ਦੀ ਛਾਇਆ ਹੇਠਾਂ ਕਿਵੇਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਅਤੇ ਦਿੱਲੀ ਰਵਾਨਗੀ ਵਾਸਤੇ ਅੱਜ 20 ਜੂਨ ਨੂੰ ਇਹ ਵੱਡੀ ਗਿਣਤੀ ਦੇ ਵਿੱਚ ਪੂਰੇ ਜਾਹੋ ਜਲਾਲ ਦੇ ਨਾਲ ਪੂਰੇ ਜਨੂੰਨ ਦੇ ਨਾਲ ਜਿਵੇਂ ਇਸ ਅੰਦੋਲਨ ਦੇ ਸ਼ੁਰੂਆਤੀ ਪੜਾਅ ਦੇ ਵਿੱਚ ਮੇਰੇ ਕਹਿਣ ਦਾ ਭਾਵ ਆ ਇਸ ਕਿਸਾਨੀ ਅੰਦੋਲਨ ਦੇ ਉੱਪਰ ਜਨੂੰਨ ਨਜ਼ਰ ਆਇਆ ਸੀ ਅਤੇ ਅੱਜ ਵੀ 7 ਮਹੀਨੇ ਦੇ ਬਾਅਦ ਵੀ ਇਹ ਜਨੂੰਨ ਉਸੇ ਤਰ੍ਹਾਂ ਹੀ ਬਰਕਰਾਰ ਹੈ ਆਓ ਇਸ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਇਸ ਖੇਤਰ ਤੋਂ ਅਗਵਾਈ ਕਰ ਰਹੇ ਜੋ ਜ਼ੋਨ ਪ੍ਰਧਾਨ ਨੇ ਗੁਰਪ੍ਰਤਾਪ ਸਿੰਘ ਜੀ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ ਕਿ ਅੱਜ ਦੇ ਦਿਨ ਜਿਵੇਂ ਬੀਤੇ ਦਿਨ ਜੋ ਕੇਂਦਰੀ ਖੇਤਰੀ ਮੰਤਰੀ ਹੈ ਆਪਣਾ ਗੁਰਪ੍ਰਤਾਪ ਜੀ ਉਹਨਾਂ ਦਾ ਬਿਆਨ ਆਇਆ ਕਿ ਗੱਲਬਾਤ ਦਾ ਜੋ ਰਾਬਤਾ ਉਹ ਦੁਬਾਰਾ ਕਾਇਮ ਕਰ ਲਿਆ ਜਾਏਗਾ ਪਰ ਜਿਹੜੇ ਕਾਨੂੰਨ ਨੇ ਉਹ ਰੱਦ ਨਹੀਂ ਕੀਤੇ ਜਾਣਗੇ ਕਿਸੇ ਵੀ ਕੀਮਤ 'ਤੇ ਉਸ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ ਗਰਾਇਆ ਜੀ ਇਹ ਜਿਹੜਾ ਇਹ ਹੁਣ ਇੱਕ ਬਿਆਨ ਨਹੀਂ ਆਇਆ ਇਸ ਤੋਂ ਪਹਿਲਾਂ ਵੀ ਜਿਹੜਾ ਕਿਸਾਨੀ ਅੰਦੋਲਨ ਨੂੰ ਜਿਹੜਾ ਨਕਸਲੀ ਕਹਿਣਾ ਅੱਤਵਾਦੀ ਕਹਿਣਾ ਅਤੇ ਉਸ ਤੋਂ ਬਾਅਦ ਜਿਹੜਾ ਕਈ ਤਰ੍ਹਾਂ ਦੇ ਬੁੜਕੇ ਹੱਥ ਖੰਡੇ ਵਰਤਣੇ ਅਤੇ 26 ਜਿਹੜਾ ਨਵੰਬਰ ਤੋਂ ਬਾਅਦ ਜਿਹੜਾ ਕਈ ਤਰ੍ਹਾਂ ਦੇ ਹੱਥ ਖੰਡੇ ਵਰਤਣੇ ਅਤੇ ਫਿਰ ਜਿਹੜਾ ਇਸ ਤੋਂ ਬਾਅਦ ਹੁਣ ਜਿਹੜੇ ਤੋਮਰ ਜੀ ਵੱਲੋਂ ਬਿਆਨ ਆਇਆ ਪਹਿਲਾਂ ਇੱਕ ਬਿਆਨ ਹੁੰਦਾ ਸੀ ਪ੍ਰਧਾਨ ਮੰਤਰੀ ਵੱਲੋਂ ਕਿ ਮੈਂ ਤੁਹਾਡੇ ਤੋਂ ਇੱਕ ਜਿਹੜਾ ਫੋਨ ਕਾਲ ਦੀ ਦੂਰੀ 'ਤੇ ਹਾਂ ਅਤੇ ਜੇ ਕਿਸਾਨਾਂ ਨੇ ਚਿੱਠੀ ਵੀ ਲਿਖੀ ਫਿਰ ਉਸ ਤੋਂ ਬਾਅਦ ਕਿ ਅਸੀਂ ਗੱਲ ਕਰਨ ਨੂੰ ਤਿਆਰ ਹਾਂ ਹੁਣ ਤੋਮਰ ਵੱਲੋਂ ਬਿਆਨ ਆ ਰਿਹਾ ਕਿ ਜਿਹੜਾ ਜੀ ਕਿਸਾਨ ਜਿਹੜੇ ਨੇ ਉਹ ਆਪਾਂ ਬਿੱਲ ਰੱਦ ਨਹੀਂ ਕਰਨੇ ਅਤੇ ਜਿਹੜੀਆਂ ਸੋਧਾਂ ਉਹ ਗੱਲ ਜਿਹੜੀ ਹੈ ਸੋਧਾਂ ਵਾਲੀ 1 ਸਾਲ ਪੁਰਾਣੀ ਚੱਲੀ ਆ ਰਹੀ ਹੈ ਕਿਸਾਨ ਜਥੇਬੰਦੀਆਂ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਸੋਧਾਂ ਮੰਨਣ ਨੂੰ ਤਿਆਰ ਨਹੀਂ ਪਰ ਜਿਹੜੀ ਹੈ ਇਹ ਕਿਸਾਨ ਲੋਕਾਂ ਦੇ ਮਨਾਂ ਦੇ ਵਿੱਚ ਉਲਝਣਾ ਪੈਦਾ ਕਰਨ ਵਾਸਤੇ ਜਿਹੜੇ ਸਾਰੇ ਜਿਹੜੇ ਚੱਲਦੇ ਨੇ ਇਹ ਸਰਕਾਰ ਵੱਲੋਂ ਚਲਾਇਆ ਜਾਂਦਾ ਕਿ ਲੋਕ ਜਿਹੜੇ ਨੇ ਇਹ ਕਿਸਾਨਾਂ ਦੇ ਵਿਰੋਧ ਦੇ ਵਿੱਚ ਜਿਹੜੇ ਹੋ ਜਾਣ ਇਸ ਕਰਕੇ ਇਹੋ ਜਿਹੀਆਂ ਗੱਲਾਂ ਜਿਹੜੀਆਂ ਸਰਕਾਰ ਵੱਲੋਂ ਕੀਤੀਆਂ ਜਾਂਦੀਆਂ ਤੁਹਾਡੇ ਕਹਿਣ ਦਾ ਭਾਵ ਹੈ ਲੋਕਾਂ ਦੇ ਕਿਸਾਨੀ ਅੰਦੋਲਨ ਨਾਲ ਜਿਹੜੇ ਜੁੜੇ ਲੋਕ ਨੇ ਹਰ ਵਰਗ ਉਹਨਾਂ ਦੇ ਹੌਂਸਲੇ ਪਸਤ ਕਰਨ ਵਾਸਤੇ ਸਾਰਾ ਕੁਝ ਬਿਲਕੁਲ ਹੌਂਸਲੇ ਜਿਹੜੇ ਢਾਉਣ ਵਾਸਤੇ ਕਿ ਲੋਕ ਜਿਹੜੇ ਨੇ ਕਿਹਾ ਕਿਹਦਰਾ ਕਹਿਣ ਕਿ ਜਿਹੜੇ ਕਿਸਾਨ ਨੇ ਇਹ ਗਲਤ ਕਰ ਰਹੇ ਨੇ ਸਰਕਾਰਾਂ ਠੀਕ ਨੇ ਜਿੱਥੇ ਤੁਹਾਡੇ ਮਾਫ ਕਰਨਾ ਤੁਹਾਡੀ ਗੱਲ ਰੁਕਦੀ ਜਥੇਬੰਦੀਆਂ 'ਚ ਕਿਸਾਨੀ ਅੰਦੋਲਨ ਨੂੰ ਲੈ ਕੇ ਜੋ ਇਸ ਕਦਰ ਜੋ ਜਨੂੰਨ ਨਜ਼ਰ ਆ ਰਿਹਾ ਕਿ 7 ਮਹੀਨੇ ਦੇ ਬਾਵਜੂਦ ਵੀ ਪੂਰੀ ਤਰ੍ਹਾਂ ਬਰਕਰਾਰ ਨੇ ਤੁਹਾਡੇ ਹੌਂਸਲੇ ਉੱਥੇ ਦੂਜੇ ਪਾਸੇ ਜੋ ਪੰਜਾਬ ਦੇ ਵਿੱਚ ਰਾਜਨੀਤਿਕ ਸਰਗਰਮੀਆਂ ਨੇ ਉਹ ਵੀ ਪੂਰੀ ਤਰ੍ਹਾਂ ਭੁੱਖੀਆਂ ਪਈਆਂ ਨੇ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਬਿਲਕੁਲ ਜੀ ਉਸ ਤਰ੍ਹਾਂ ਜਿਹੜੇ ਇਹ ਲੋਕ ਨੇ ਸਿਆਸੀ ਲੋਕ ਜਿਹੜੇ ਨੇ ਇਹ ਕਦੇ ਵੀ ਕਿਸੇ ਦੇ ਮਿੱਤਰ ਨਹੀਂ ਹੋਏ ਤੁਸੀਂ ਔਰੰਗਜ਼ੇਬ ਤੋਂ ਵੇਖਿਆ ਉਹਨੇ ਰਾਜ ਲੈਣ ਦੀ ਖਾਤਰ ਆਪਣਾ ਕੋਈ ਦੋਤਰਾ ਪੋਤਰਾ ਕੋਈ ਮਾਤਾ ਪਿਤਾ ਭੈਣ ਭਰਾ ਕੋਈ ਨਹੀਂ ਛੱਡਿਆ ਸਾਰਿਆਂ ਨੂੰ ਉਹਨੇ ਜੇਲ੍ਹ ਦੇ ਵਿੱਚ ਡੱਕਿਆ ਇਹਨਾਂ ਲੋਕਾਂ ਨਾਲ ਕੋਈ ਹਿੱਤ ਨਹੀਂ ਹੁੰਦਾ ਸਿਰਫ ਅਤੇ ਸਿਰਫ ਜਿਹੜੀ ਆਪਣੀ ਕੁਰਸੀ ਪਿਆਰੀ ਹੁੰਦੀ ਹੈ ਉਹ ਕੁਰਸੀ ਨੂੰ ਅੱਜ ਵੀ ਬਚਾਉਣ ਵਾਸਤੇ ਉਹਨਾਂ ਦਾ ਜਿਹੜਾ ਲੋਕਾਂ ਦੇ ਨਾਲ ਜਿਹੜੇ ਕਾਲੇ ਕਾਨੂੰਨ ਨੇ ਉਹਨਾਂ ਨਾਲ ਕੋਈ ਸਰੋਕਾਰ ਨਹੀਂ ਉਹ ਸਿਰਫ ਅਤੇ ਸਿਰਫ ਆਪਣੀ ਜਿਹੜੀ ਕੁਰਸੀ ਦੀ ਖਾਤਰ ਲਗਾਤਾਰ ਆਪਣੀ ਦੌੜ ਲਗਾ ਰਹੇ ਨੇ ਸਾਡੇ ਨਾਲ ਹੋਰ ਇੱਥੇ ਬੀਬੀਆਂ ਦੇ ਜਥੇ ਦਾ ਜੋ ਅਗਵਾਈ ਕਰ ਰਹੇ ਨੇ ਬੀਬੀ ਦਵਿੰਦਰ ਕੌਰ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ ਕਿ ਤੁਸੀਂ ਹਰ ਗਤੀਵਿਧੀ ਆ ਅੱਜ 7ਵਾਂ ਮੇਰੇ ਖਿਆਲ ਗੇੜਾ ਤੁਹਾਡਾ ਦਿੱਲੀ ਨੂੰ ਰਵਾਨਗੀ ਦਾ ਅਤੇ 15-15-20 ਦਿਨ ਦਾ ਜੋ ਸਮਾਂ ਤੁਸੀਂ ਉੱਥੇ ਲਗਾ ਕੇ ਆਉਂਦੇ ਹੋ ਅਤੇ ਕੀ ਤੁਸੀਂ ਇਸ ਅੰਦੋਲਨ ਨੂੰ ਕਿਵੇਂ ਦੇਖਦੇ ਹੋ ਅੱਜ ਦੀ ਡੇਟ ਦੇ ਵਿੱਚ ਜਿਹੜਾ ਇਹ ਅੰਦੋਲਨ ਹੈ ਵੀਰ ਜੀ ਅੱਜ ਵੀ ਉਸੇ ਤਰ੍ਹਾਂ ਹੀ ਚੜ੍ਹਦੀ ਕਲਾ ਵਿੱਚ ਹੀ ਹੈ ਕਿਉਂਕਿ ਜੇਕਰ ਅਸੀਂ ਆਪਣੀ ਪਿਛਲੀ ਟਰਮ ਦੀ ਗੱਲ ਕਰੀਏ ਤਾਂ ਉਦੋਂ ਵਾਢੀਆਂ ਦਾ ਸੀਜ਼ਨ ਸੀ ਅਤੇ ਪਰ ਗੁਰਦਾਸਪੁਰ ਜ਼ਿਲ੍ਹੇ ਨੇ ਉਦੋਂ ਵੀ ਆਪਣੀ ਜਿਹੜੀ ਜ਼ਿੰਮੇਵਾਰੀ ਆ ਉਹ ਬਖੂਬੀ ਨਿਭਾਈ ਸੀ ਅਤੇ ਹੁਣ ਜੇਕਰ ਝੋਨੇ ਦੀ ਲਵਾਈ ਦਾ ਸੀਜ਼ਨ ਹੈ ਤਾਂ ਫਿਰ ਵੀ ਹੁਣ ਵੀ ਚੜ੍ਹਦੀ ਕਲਾ ਨਾਲ ਹੀ ਜਿਹੜਾ ਇਹ ਆਪਣੀ ਜ਼ਿੰਮੇਵਾਰੀ ਜਿਹੜੀ ਉਹ ਨਿਭਾ ਰਹੇ ਨੇ ਅਤੇ ਦੇਖ ਲਓ ਤੁਹਾਡੇ ਸਾਹਮਣੇ ਹੀ ਹੈ ਕਿ ਬੀਬੀਆਂ ਵੀ ਆਪਣੀ ਸ਼ਮੂਲੀਅਤ ਕਰ ਰਹੀਆਂ ਅਤੇ ਵੀਰ ਵੀ ਉਸੇ ਤਰ੍ਹਾਂ ਹੀ ਇਸ ਅੰਦੋਲਨ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਨੇ ਉਹ ਛੋਟੇ ਛੋਟੇ ਬੱਚੇ ਨੇ ਮਾਸੂਮ ਉਹ ਵੀ ਤੁਹਾਡੇ ਨਾਲ ਹੀ ਰਵਾਨਗੀ ਕਰ ਰਹੇ ਨੇ ਹਾਂਜੀ ਉਹ ਵੀ ਬੱਚੇ ਵੀ ਉੱਥੇ ਹੀ ਜਾਣਗੇ
ठीक है जो कहर की गर्मी के उत्थे तुहानू मुश्किलां पेश आउंदियां ने ते छोटे मासूम बच्चे का उत्थे किवें तुसीं करदे हो जेकर सर्दी दीआं बर्फीलियां रातां असीं उत्थे गुजार लईआं ते गर्मी ने किहड़ा कहर गुजार लैणा क्योंकि असीं तां गर्मी च वी मैनूं लगदा किसानां वाले ते सर्दी गर्मी कोई इन्ना महत्व रखदी नहीं मौसम कोई भी होए झल लैंदे ने ते हुण ते वैसे ही अपने हक्कां दी लड़ाई लई दिल्ली जा रहे ने ते इस करके मौसम ते कोई मायने नहीं रखदा। सो तुसीं सुणिआ कि किसान जो इस्त्री विंग दी बीबी आगू उन्हां वल उन्हां दे वी हौसले पूरी तरह बुलंद ने बेशक समां जिन्ना मर्जी बीत गया इन्हां दे हौसलिआं तों लगदा कि इन्हां ने पूरी तरह तैयार कर लिया होया कि जिन्ने चिर मोदी सरकार इन्हां जो खेती कानून बिल ने काले कानून इन्हां नूं रद्द नहीं करदी इस तरह ही दिल्ली नूं जथे जो वक्खो वक्ख खेतरां दे विच जनकारिआं दी गूंज दे विच इस तरह ही रवाना हुंदे रहिणगे। मैं गुरविंदर सिंह राया अजीत वैब टीवी गुरदासपुर।